ਨਹੀਂ ਤਾਂ ਪਹਿਲਾਂ ਲੀਕ ਹੁੰਦਾ ਸੀ ਓਇਲ, ਜਦੋਂ ਦੇ ਕਲੰਪ ਚੇਂਜ ਕੀਤੇ ਸਹੀ ਹੋ ਗਿਆ। ਮਸਲਾਂ 'ਚ ਪਾਣੀ ਠੀਕ ਆ, ਤਿੰਨਾਂ 'ਚ ਘੱਟ ਆ, ਇਹਦੇ 'ਚ ਵੀ ਘੱਟ ਆ, ਇਹਦੇ 'ਚ ਵੀ ਘੱਟ ਆ, ਅਤੇ ਇਹਦੇ 'ਚ ਵੀ ਘੱਟ ਆ, ਇੱਕ ਆਹ ਇੱਕ। ਹੈਲੋ ਗਾਇਸ, ਵੈਲਕਮ ਟੂ ਨਿਊ ਬਲੋਗ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਆਪਣੀ ਵੀਡੀਓ 'ਚ। ਉਸ ਸੁਣਾਓ ਕਿ ਅੱਜ ਠੀਕ ਠਾਕ ਸਾਰੇ? ਅਤੇ ਅੱਜ ਫਿਰ ਸਿਰ ਯਾਰ ਬਾਰਿਸ਼ ਲੱਗ ਗਈ, ਅਤੇ ਸਾਈਡ 'ਤੇ ਆਪਾਂ ਗਏ ਨਹੀਂ ਕਿਉਂਕਿ ਮੀਂਹ ਪੈ ਗਏ, ਫਿਰ ਫਾਇਦਾ ਕੀ ਹੈ ਜਾਣ ਦਾ। ਅਤੇ ਹੁਣ ਫਿਲਹਾਲ ਧੁੱਪ ਲੱਗ ਚੁੱਕੀ ਆ, ਅਤੇ ਆਪਾਂ ਅੱਜ ਵੀਡੀਓ ਵੀ 1 ਵਜੇ ਸ਼ੁਰੂ ਕਰ ਰਹੇ ਹਾਂ, ਅਤੇ ਕੋਈ ਸਾਡੇ ਕੋਲ ਕੋਈ ਕੰਟੈਂਟ ਤਾਂ ਹੈ ਨਹੀਂ ਸੁਬਹਾ ਦਾ। ਅਤੇ ਹੁਣ ਮਸ਼ੀਨ ਦੀ ਬੈਟਰੀ 'ਚ ਪਾਣੀ ਚੈੱਕ ਕਰਨਾ, ਅਤੇ ਨਾਲ ਨਿੱਕੇ ਜਿਹੇ ਹੋਰ 2-3 ਕੰਮ ਉਹ ਕਰਦੇ ਹਾਂ। ਅਤੇ ਬਾਕੀ ਭਾਅ ਜੀ ਹੁਣ ਗਏ ਆ ਬਰਸੀਨ 'ਚ, ਆਪਾਂ ਵੀ ਚੱਲਦੇ ਉਹਨਾਂ ਨੇ ਮਗਰ ਮਗਰ ਹੀ, ਆਪਾਂ ਇੱਥੇ ਇਕੱਲਿਆਂ ਨੇ ਕੀ ਕਰਨਾ ਬਾਈ। ਚੈੱਕ ਕਰੋ ਗਾਇਸ ਆਪਣਾ ਬਰਸੀਨ, ਬੰਦੇ ਸਾਡੇ ਪਤਾ ਨਹੀਂ ਕਿੱਦਾਂ ਚਲ ਗਏ ਆ। ਆ ਵੇਲੋ ਬਈ, ਬੰਦੇ ਗੱਲਾਂ ਬਹੁਤ ਕਰਦੇ ਆ ਭਾਅ ਜੀ ਦੇ ਸਰਦਾਰ ਸਾਹਿਬ। ਚੈੱਕ ਕਰੋ ਸਾਡਾ ਬਰਸਨ ਕਿਹੜਾ ਕਿਹੜਾ ਜੀ, ਮੁੱਕਣਾ ਨੇ ਜਿੰਨਾ ਮਰਜ਼ੀ ਵੜ ਲਓ, ਤੂੰ ਦੀਓ ਕਿੰਨੇ ਪਲਾਟ ਪਲੂਟ ਚਾਹੀਦਾ ਤਾਂ ਕੰਟੈਕਟ ਕਰ ਲਿਓ ਬਈ, ਆਹ ਡੀਲਰ ਸਾਹਿਬ ਸਾਡੇ। ਗਾਇਸ ਆਪਾਂ ਲੱਗਿਆ ਹੁਣ ਬੈਟਰੀ 'ਚ ਵਾਟਰ ਚੇਂਜ ਕਰਨ, ਸੋਰੀ ਵਾਟਰ ਚੇਂਜ ਕਹਿੰਦੇ ਹਾਂ, ਬੈਟਰੀ 'ਚ ਪਾਣੀ ਪਾਉਣ ਲੱਗੇ ਹਾਂ। ਕਾਫੀ ਦਿਨ ਹੋ ਗਿਆ ਆਪਾਂ ਇਹਦੇ ਪਾ ਲੈਂਦੇ ਹਾਂ ਅੱਜ ਪਾਣੀ ਵੀ। ਗਲਾਸ, ਚਾਬੀ ਅਤੇ ਹੋਰ ਕੱਲ੍ਹ ਦਾ ਸਮਾਨ ਵੀ ਖਲਰਾ ਪਿਆ ਸਾਂਭਣ ਵਾਲਾ ਸਾਰਾ ਹੀ। ਆਹ ਇੱਧਰ ਪਾਣੀ ਦੀ ਬੋਟਲ ਪਈ ਆ, ਆਹ ਬੜਾ ਤੰਗ ਕਰਦਾ ਸੀ ਇੱਕ ਯਾਰ ਇਹਦਾ, ਇਹਦੇ ਕਲੰਪ ਚੇਂਜ ਕੀਤੇ ਆ, ਹੁਣ ਓਇਲ ਠੀਕ ਆ ਇਹਦਾ, ਨਹੀਂ ਤਾਂ ਪਹਿਲਾਂ ਲੀਕ ਹੁੰਦਾ ਸੀ ਓਇਲ, ਜਦੋਂ ਦੇ ਕਲੰਪ ਚੇਂਜ ਕੀਤੇ ਸਹੀ ਹੋ ਗਿਆ। ਖੁੱਲ ਜਾਓ ਭਰਾਵਾ, ਓਹੋ ਬੈਟਰੀ ਕਿੰਨੀ ਗੰਦੀ ਹੋਈ ਸਾਡੀ, ਓਏ ਟਰਮੀਨਲ ਵੀ ਇਹਦੇ ਗਰਮ ਪਾਣੀ ਲਿਆਉਂਦੇ ਯਾਰ, ਗੀਜ਼ਰ ਛੱਡਿਆ ਗਰਮ ਪਾਣੀ ਨਾਲ ਨਾ ਸਾਫ਼ ਹੋ ਜਾਣਾ ਸਹੀ ਤਰ੍ਹਾਂ। ਆ ਜੀ ਆ ਗਿਆ ਗਰਮ ਪਾਣੀ, ਗਰਮ ਪਾਣੀ ਨਾਲ ਕਾਰਬਨ ਕੁਰਬਨ ਸਾਫ਼ ਹੋ ਜਾਂਦੀ ਸਾਰੀ। ਇਹ ਨਾ ਗਰਮ ਪਾਣੀ ਨਾਲ ਹੁਣ ਸਾਫ਼ ਹੋ ਗਈ ਆ, ਵੀ ਸਾਫ਼ ਹੋ ਗਈ ਬੈਟਰੀ ਵੀ ਸਾਫ਼, ਜੇ ਬੈਟਰੀ ਤਾਂ 600 ਕਰਨ ਦੀ ਆ, 'ਚ ਲਾਈਟ ਆ ਜਾਂਦੀ ਆ, ਨੀਲੀ ਲਾਈਟ ਗੁੱਡ ਹੁੰਦੀ ਆ, ਅਤੇ ਲਾਲ ਲਾਈਟ ਜਗ੍ਹਾ ਜਦੋਂ ਹੁੰਦੀ ਆ ਡਿਸਚਾਰਜ, ਅਤੇ ਚਿੱਟੀ ਲਾਈਟ ਜਦੋਂ ਜਗ੍ਹਾ ਤੋਂ ਹੁੰਦੀ ਆ। ਪਾਣੀ ਲਓ ਫਿਰ ਵੀ ਚੈੱਕ ਕਰ ਲੈਂਦੇ ਇੱਕ ਵਾਰ ਖੋਲ੍ਹ ਕੇ, ਤਿੰਨਾਂ ਸੱਲਾਂ 'ਚ ਪਾਣੀ ਠੀਕ ਆ, ਤਿੰਨਾਂ 'ਚ ਘੱਟ ਆ, ਇਹਦੇ 'ਚ ਵੀ ਘੱਟ ਆ, ਇਹਦੇ 'ਚ ਵੀ ਘੱਟ ਆ, ਅਤੇ ਇਹਦੇ 'ਚ ਵੀ ਘੱਟ ਆ, ਇੱਕ ਆਹ ਅਤੇ ਇੱਕ ਆਹ, ਤਿੰਨੇ ਸਹੀ ਆ। ਆਪਾਂ ਲੱਗਿਆ ਜੀ ਹੁਣ ਪਾਉਣ ਪਾਣੀ ਵਿੱਚ, ਇਹਦੇ 'ਚ ਜ਼ਿਆਦਾ ਘਾਟਾ, ਬਾਈ ਜੀ ਪਾਣੀ ਦਿੱਤਾ ਪਾ, ਹੁਣ ਕਰੀਏ ਬੰਦ। ਆਪਾਂ ਪਾਣੀ 'ਚ ਬੈਟਰੀ 'ਚ ਪਾਣੀ ਪਾ ਕੇ ਰੈਡੀ ਹੋ ਗਏ, ਹੁਣ ਚੈੱਕ ਕਰੋ ਸਾਡਾ ਫੁੱਲ ਗਮਲੇ 'ਚ ਕਿੰਨਾ ਵਧੀਆ ਲੱਗਣ ਦੇ ਲਾਲ, ਆਹ ਵੀ ਬੂਟਾ ਸਹੀ ਆ ਵੈਸੇ, ਪਰ ਇਹ ਬਹੁਤ ਵਧੀਆ ਲੱਗੀ ਆ, ਬਾਕੀ ਅਸੀਂ ਸੁੱਕੇ ਆ ਥੋੜ੍ਹੇ ਜਿਹੇ। ਗਾਇਸ ਆਪਾਂ ਗਿਆ ਹੁਣ ਨਹਾ ਧੋ ਕੇ ਫਰੈਸ਼, ਅਤੇ
ਕੱਲ ਨੂੰ ਜਾਂ ਪਰਸੋਂ ਤੱਕ, ਪਰਸੋਂ ਸ਼ਾਇਦ ਕੰਮ ਚੱਲ ਪਏ ਬਾਬੇ ਦੀ ਕਿਰਪਾ ਨਾਲ, ਅਤੇ ਕੱਲ੍ਹ ਸਾਈਡ 'ਤੇ ਜਾਣਾ ਵਾ ਥੋੜ੍ਹਾ ਜਿਹਾ ਕੰਮ, ਉਦਾਂ ਪਰਸੋਂ ਕੰਮ ਚੱਲ ਪੈਣਾ, ਕੱਲ੍ਹ ਵੈਸੇ ਵੀ ਇਹਨੂੰ ਕੰਮ ਹੈਗਾ। ਅਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ, ਜੇ ਵਧੀਆ ਲੱਗਦੀ ਹੈ ਤਾਂ ਯਾਰ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਫਿਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਵਿੱਚ। ਗੁੱਡ ਬਾਏ।